ਮੌਜੂਦਾ ਕੌਂਸਲਰ ਦੇ ਪਤੀ ਦੇ ਵੱਲੋਂ ਦੋਸਤ ਦੀ ਲਿਆਂਦੀ ਗਈ ਸਕਾਰਪੀਓ ਕਾਰ ਚੋਰੀ ਹੋ ਗਈ। ਰਾਤ ਦੇ ਹਨੇਰੇ ਦੇ ਵਿੱਚ ਚੋਰਾਂ ਦੇ ਵੱਲੋਂ ਇਸ ਨੂੰ ਚੋਰੀ ਕੀਤਾ ਗਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਚਿੱਟੇ ਰੰਗ ਦੀ ਸਕਾਰਪੀਓ ਕਾਰ, ਕੌਂਸਲਰ ਦਾ ਪਤੀ ਇਹ ਸਕਾਰਪੀਓ ਗੱਡੀ ਮੰਗ ਕੇ ਲਿਆਇਆ ਸੀ ਆਪਣੇ ਦੋਸਤ ਦੀ ਕਿਤੇ ਜਾਣ ਦੇ ਲਈ, ਤਾਂ ਉਹੀ ਸਕਾਰਪੀਓ ਕਾਰ ਚੋਰੀ ਕੀਤੀ ਗਈ। ਫਿਰੋਜ਼ਪੁਰ ਸ਼ਹਿਰ ਦੇ ਵਿੱਚ ਚੋਰਾਂ ਦਾ ਕਾਰਨਾਮਾ ਸਾਹਮਣੇ ਆਇਆ, ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਚੋਰਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੌਜੂਦਾ ਕੌਂਸਲਰ ਦਾ ਪਤੀ ਜੋ ਆਪਣੇ ਦੋਸਤ ਤੋਂ ਮੰਗਵੀਂ ਸਕਾਰਪੀਓ ਗੱਡੀ ਲਿਆਇਆ ਸੀ, ਉਹੀ ਸਕਾਰਪੀਓ ਗੱਡੀ ਰਾਤ ਨੂੰ ਚੋਰੀ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜਨਤਾ ਪ੍ਰੀਤ ਨਗਰ ਵਾਰਡ ਨੰਬਰ 13 ਦੇ ਵਿੱਚ ਮੈਂ ਰਹਿੰਦਾ ਜੀ। ਕਰੀਬ ਇੱਕ ਦਿਨ ਪਹਿਲਾਂ 24 ਤਰੀਕ ਨੂੰ ਮੇਰੀ ਗੱਡੀ ਚੋਰੀ ਹੋਈ ਹੈ। ਸਕਾਰਪੀਓ ਵਾਈਟ ਕਲਰ ਹੈ ਔਰ HR 83-1904 ਨੰਬਰ ਹੈ ਜੀ। ਉਹ ਗੱਡੀ ਚੋਰ ਆਏ ਨੇ ਅਤੇ ਉਹ ਰਾਤ ਨੂੰ ਚੋਰੀ ਕਰਕੇ ਲੈ ਗਏ ਨੇ। ਮੇਰੇ ਗੁਆਂਢੀਆਂ ਦੇ CCTV ਕੈਮਰੇ ਲੱਗੇ ਹੋਏ ਨੇ। ਮੈਨੂੰ CCTV ਕੈਮਰੇ ਦੀ ਉੱਥੋਂ ਜਦੋਂ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਕਿ ਇੱਦਾਂ ਗੱਡੀ ਹੈ ਜਿਹੜੀ ਚੋਰੀ ਹੋਈ ਹੈ। ਔਰ ਮੈਂ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਕਿ ਇਹ ਜਿਹੜੀ ਗੱਡੀ ਹੈ ਮੇਰੀ ਮਦਦ ਕਰੋ ਲਵਾਉਣ ਦੇ ਵਿੱਚ, ਅਤੇ ਜਿੰਨੀ ਵੀ ਛੇਤੀ ਹੋ ਸਕਦਾ ਮੈਨੂੰ ਇਹ ਗੱਡੀ ਜਿਹੜੀ ਹੈ ਮੇਰੀ ਇਹਦੇ ਵਿੱਚ ਮਦਦ ਕਰਕੇ ਮੈਨੂੰ ਗੱਡੀ ਮੇਰੀ ਤੱਕ ਪਹੁੰਚਾਓ। ਮੌਜੂਦਾ ਕੌਂਸਲਰ ਦੇ ਪਤੀ ਦੇ ਵੱਲੋਂ ਦੋਸਤ ਦੀ ਲਿਆਂਦੀ ਗਈ ਸਕਾਰਪੀਓ ਕਾਰ ਚੋਰੀ ਹੋ ਗਈ। ਰਾਤ ਦੇ ਹਨੇਰੇ ਦੇ ਵਿੱਚ ਚੋਰਾਂ ਦੇ ਵੱਲੋਂ ਇਸ ਨੂੰ ਚੋਰੀ ਕੀਤਾ ਗਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਚਿੱਟੇ ਰੰਗ ਦੀ ਸਕਾਰਪੀਓ ਕਾਰ, ਕੌਂਸਲਰ ਦਾ ਪਤੀ ਇਹ ਸਕਾਰਪੀਓ ਗੱਡੀ ਮੰਗ ਕੇ ਲਿਆਇਆ ਸੀ ਆਪਣੇ ਦੋਸਤ ਦੀ ਕਿਤੇ ਜਾਣ ਦੇ ਲਈ, ਤਾਂ ਉਹੀ ਸਕਾਰਪੀਓ ਕਾਰ ਚੋਰੀ ਕੀਤੀ ਗਈ। ਫਿਰੋਜ਼ਪੁਰ ਸ਼ਹਿਰ ਦੇ ਵਿੱਚ ਚੋਰਾਂ ਦਾ ਕਾਰਨਾਮਾ ਸਾਹਮਣੇ ਆਇਆ, ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਇਹਨਾਂ CCTV ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਚੋਰਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੌਜੂਦਾ ਕੌਂਸਲਰ ਦਾ ਪਤੀ ਜੋ ਆਪਣੇ ਦੋਸਤ ਤੋਂ ਮੰਗਵੀਂ ਸਕਾਰਪੀਓ ਗੱਡੀ ਲਿਆਇਆ ਸੀ, ਉਹੀ ਸਕਾਰਪੀਓ ਗੱਡੀ ਰਾਤ ਨੂੰ ਚੋਰੀ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜਨਤਾ ਪ੍ਰੀਤ ਨਗਰ ਵਾਰਡ ਨੰਬਰ 13 ਦੇ ਵਿੱਚ ਮੈਂ ਰਹਿੰਦਾ ਜੀ। ਕਰੀਬ ਇੱਕ ਦਿਨ ਪਹਿਲਾਂ 24 ਤਰੀਕ ਨੂੰ ਮੇਰੀ ਗੱਡੀ ਚੋਰੀ ਹੋਈ ਹੈ। ਸਕਾਰਪੀਓ ਵਾਈਟ ਕਲਰ ਹੈ ਔਰ HR 83-1904 ਨੰਬਰ ਹੈ ਜੀ। ਉਹ ਗੱਡੀ ਚੋਰ ਆਏ ਨੇ ਅਤੇ ਉਹ ਰਾਤ ਨੂੰ ਚੋਰੀ ਕਰਕੇ ਲੈ ਗਏ ਨੇ। ਮੇਰੇ ਗੁਆਂਢੀਆਂ ਦੇ CCTV ਕੈਮਰੇ ਲੱਗੇ ਹੋਏ ਨੇ। ਮੈਨੂੰ CCTV ਕੈਮਰੇ ਦੀ ਉੱਥੋਂ ਜਦੋਂ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਕਿ ਇੱਦਾਂ ਗੱਡੀ ਹੈ ਜਿਹੜੀ ਚੋਰੀ ਹੋਈ ਹੈ। ਔਰ ਮੈਂ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਕਿ ਇਹ ਜਿਹੜੀ ਗੱਡੀ ਹੈ ਮੇਰੀ ਮਦਦ ਕਰੋ ਲਵਾਉਣ ਦੇ ਵਿੱਚ, ਅਤੇ ਜਿੰਨੀ ਵੀ ਛੇਤੀ ਹੋ ਸਕਦਾ ਮੈਨੂੰ ਇਹ ਗੱਡੀ ਜਿਹੜੀ ਹੈ ਮੇਰੀ ਇਹਦੇ ਵਿੱਚ ਮਦਦ ਕਰਕੇ ਮੈਨੂੰ ਗੱਡੀ ਮੇਰੀ ਤੱਕ ਪਹੁੰਚਾਓ।